ਸੋਹਣੇ ਆ ਮੇਰੀ ਡਰਾਮੇਬਾਜ਼ੀ ਕਰਦੀ ਹੈ ਸਰਕਾਰ। ਨੁਕਸਾਨ ਸਾਡੇ ਬੱਚਿਆਂ ਦਾ ਹੋਈ ਜਾਂਦਾ, ਘਰ ਬੈਠਿਆਂ ਦਾ। ਦੋ ਪੇਪਰ ਰਹਿੰਦੇ ਸੀ, ਦੋ ਪੇਪਰ ਹੋ ਜਾਂਦੇ, ਉਹਨਾਂ ਵਾਰੀ ਕਰੋਨਾ 'ਤੇ ਐਡੀਆਂ ਐਡੀਆਂ ਰੈਲੀਆਂ ਕਰੀ ਜਾਂਦੇ, ਉੱਥੇ ਵਾਰੀ ਕੋਈ ਕਰੋਨਾ ਨੇ ਇਹਨੂੰ ਨਹੀਂ। ਅਤੇ ਬਾਕੀ ਰਾਜੇ ਨੇ ਆਪਦੀ ਲੜਕੀ ਦੀ ਪੋਤੀ ਦਾ ਵਿਆਹ ਕੀਤਾ, ਹਜ਼ਾਰਾਂ ਬੰਨੇ ਦਾ ਘਰ ਸੀ, ਵੀ ਉੱਥੇ ਉੱਥੇ ਵਾਰੀ ਤਾਂ ਇਹਨਾਂ ਨੂੰ ਕੋਈ ਕਰੋਨਾ ਨਹੀਂ। ਅਸੀਂ ਕਹਿਣਾ ਚਾਹੁੰਦੇ ਸਕੂਲ ਓਪਨ ਹੋਣੇ ਚਾਹੀਦੇ ਆ, ਬੱਚਿਆਂ ਦੇ ਫਿਊਚਰ ਦੀ ਗੱਲ ਆ, ਕਿਉਂਕਿ ਬੱਚੇ ਜਿਹੜੇ ਛੋਟੇ ਨੇ ਉਹ ਤਾਂ ਇੱਕ ਮਿੰਟ ਲਈ ਲਿਖ ਵੀ ਨਹੀਂ ਸਕਦੇ, ਉਹ ਸਾਨੂੰ ਕੰਮ ਕਰਾਉਣਾ ਕਰੇ ਬੱਚਿਆਂ ਨੂੰ ਬਹੁਤ ਔਖਾ ਹੁੰਦਾ। ਸਰ ਮੈਂ ਇਹ ਪੁੱਛਣਾ ਚਾਹੁੰਦੀ ਹਾਂ ਕਿ ਕੈਪਟਨ ਸਰਕਾਰ ਨੂੰ, ਕਿ ਜਿਵੇਂ ਕੈਪਟਨ ਸਰਕਾਰ ਦੀ ਉਹਨਾਂ ਦੀ ਆਪਦੀ ਪੋਤੀ ਦਾ ਵਿਆਹ ਸੀ, ਉੱਥੇ ਫੁੱਲ ਗੈਦਰਿੰਗ ਸੀ, ਕੋਈ ਸੋਸ਼ਲ ਡਿਸਟੈਂਸਿੰਗ ਨਹੀਂ ਸੀ, ਅਤੇ ਸਕੂਲ ਦੇ ਵਿੱਚ ਤਾਂ ਸਾਰਾ ਕੁਝ ਸੋਸ਼ਲ ਡਿਸਟੈਂਸਿੰਗ ਕਰ ਰਹੇ ਹੈ, ਮਾਸਕ ਲਗਾ ਰਹੇ, ਬੱਚੇ ਸੈਨੀਟਾਈਜ਼ਰ ਦਾ ਯੂਜ਼ ਕਰ ਰਹੇ ਹੈ, ਫਿਰ ਇਹ ਸਕੂਲਾਂ ਦੇ ਵਿੱਚ ਹੀ ਕਰੋਨਾ ਆਇਆ, ਉੱਥੇ ਗੈਦਰਿੰਗ 'ਚ ਆਇਆ ਨਹੀਂ ਕਰੋਨਾ। ਇਸ ਵੇਲੇ ਦੀ ਅਹਿਮ ਖਬਰ ਰਾਮਪੁਰਾ ਫੂਲ ਤੋਂ। ਪੰਜਾਬ 'ਚ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਸਰਕਾਰ ਵੱਲੋਂ 31 ਮਾਰਚ ਤੱਕ ਸਕੂਲਾਂ ਨੂੰ ਬੰਦ ਕਰਨ ਦਾ ਮਾਮਲਾ ਗਰਮਾਉਂਦਾ ਜਾ ਰਿਹਾ ਹੈ। ਸਰਕਾਰ ਦੇ ਇਸ ਫੈਸਲੇ ਖਿਲਾਫ ਜਿੱਥੇ ਸਕੂਲ ਪ੍ਰਬੰਧਕਾਂ 'ਚ ਰੋਸ ਹੈ, ਉੱਥੇ ਹੀ ਹੁਣ ਸਕੂਲੀ ਬੱਚਿਆਂ ਦੇ ਮਾਪਿਆਂ ਨੇ ਵੀ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਤਾਜ਼ਾ ਮਾਮਲਾ ਸਾਹਮਣੇ ਆਇਆ ਦੂਨ ਸੀਨੀਅਰ ਸੈਕੰਡਰੀ ਸਕੂਲ ਕਰਿਆੜਵਾਲਾ ਤੋਂ, ਜਿੱਥੇ ਪੰਜਾਬ ਸਰਕਾਰ ਵੱਲੋਂ ਕੋਰੋਨਾ ਮਹਾਂਮਾਰੀ ਕਾਰਨ ਸਕੂਲ ਬੰਦ ਕਰਾਉਣ ਦੇ ਹੁਕਮਾਂ ਦਾ ਸਕੂਲ ਵਿੱਚ ਪੜ੍ਹ ਰਹੇ ਬੱਚਿਆਂ ਦੇ ਮਾਪਿਆਂ ਨੇ ਰੱਜ ਕੇ ਵਿਰੋਧ ਕੀਤਾ ਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਉਹਨਾਂ ਕਿਹਾ ਕਿ ਸਰਕਾਰ ਜਾਣਬੁੱਝ ਕੇ ਕੋਰੋਨਾ ਦੇ ਨਾਮ ਤੇ ਸਕੂਲਾਂ ਨੂੰ ਬੰਦ ਕਰ ਰਹੀ ਹੈ, ਜਦੋਂ ਕਿ ਇਸ ਦੇ ਉਲਟ ਪੰਜਾਬ 'ਚ ਸਰਕਾਰੀ ਅਤੇ ਪ੍ਰਾਈਵੇਟ ਬੱਸ ਸਰਵਿਸ, ਸਰਕਾਰੀ ਦਫ਼ਤਰ, ਠੇਕੇ, ਸ਼ਾਪਿੰਗ ਮਾਲ, ਹੋਰ ਬਹੁਤ ਸਾਰੀਆਂ ਅਜਿਹੀਆਂ ਜਨਤਕ ਥਾਵਾਂ ਜਿੱਥੇ ਅਕਸਰ ਭੀੜ ਵੇਖੀ ਜਾ ਸਕਦੀ ਹੈ, ਸ਼ਰੇਆਮ ਖੁੱਲ੍ਹੇ ਵਿਖਾਈ ਦੇ ਰਹੇ ਨੇ। ਹੋਰ ਕੀ ਕਿਹਾ ਸਕੂਲੀ ਬੱਚਿਆਂ ਦੇ ਮਾਪਿਆਂ ਨੇ, ਉਹ ਵੀ ਸੁਣੋ। ਅਸੀਂ ਤਾਂ ਇਸ ਚੀਜ਼ ਨੂੰ ਸੁਣਦੇ ਹਾਂ, ਮੇਰੀ ਡਰਾਮੇਬਾਜ਼ੀ ਕਰਦੀ ਹੈ ਸਰਕਾਰ, ਵੀ ਨੁਕਸਾਨ ਸਾਡੇ ਬੱਚਿਆਂ ਦਾ ਹੋਈ ਜਾਂਦਾ, ਘਰ ਬੈਠਿਆਂ ਦਾ। ਦੋ ਪੇਪਰ ਰਹਿੰਦੇ ਸੀ, ਦੋ ਪੇਪਰ ਹੋ ਜਾਂਦੇ, ਉਹਨਾਂ ਵਾਰੀ ਕਰੋਨਾ 'ਤੇ ਐਡੀਆਂ ਐਡੀਆਂ ਰੈਲੀਆਂ ਕਰੀ ਜਾਂਦੇ, ਉੱਥੇ ਵਾਰੀ ਕੋਈ ਕਰੋਨਾ ਨੇ ਇਹਨੂੰ ਨਹੀਂ। ਅਤੇ ਬਾਕੀ ਰਾਜੇ ਨੇ ਆਪਦੀ ਲੜਕੀ ਦੀ ਪੋਤੀ ਦਾ ਵਿਆਹ ਕੀਤਾ, ਹਜ਼ਾਰਾਂ ਬੰਨੇ ਦਾ ਘਰ ਸੀ, ਵੀ ਉੱਥੇ ਉੱਥੇ ਵਾਰੀ ਤਾਂ ਇਹਨਾਂ ਨੂੰ ਕੋਈ ਕਰੋਨਾ ਨਹੀਂ। ਇਹ ਜਦੋਂ ਕਿਤੇ ਤਾਹਾਂ ਤੋਂ ਸੈਂਟਰ ਦਾ ਉਂਗਲ ਲੱਗਦੀ ਹੈ, ਬਾਘੇ ਪੁਰਾਣੇ ਦੀ ਰੈਲੀ ਸੀਗੀ ਜਿਹੜੀ, ਉਹਦਾ ਕਰਕੇ ਇਹਨਾਂ ਨੇ ਬੰਦ ਕਰਿਆ ਸਕੂਲ, ਜਿਹੜੇ ਕਰੇ ਆ ਦੋ ਪੇਪਰ ਛੱਡੇ ਆ। ਹਾਂਜੀ, ਇਹ ਬਹੁਤ ਵੱਡਾ ਨੁਕਸਾਨ ਹੋਇਆ ਪੜ੍ਹਾਈ ਦਾ, ਜਵਾਕਾਂ ਦਾ। ਅਸੀਂ ਲੱਗੇ ਕੀ ਹਾਂ, ਸਾਡੇ ਕੋਲ ਹੋਰ ਤਾਂ ਕੁਛ ਨਹੀਂ, ਜ਼ਮੀਨ ਸਾਡੇ ਕੋਲ ਨਹੀਂ ਰਹੀ, ਹੋਰ ਕਾਰੋਬਾਰ ਸਾਡੇ ਕੋਲ ਨਹੀਂ ਕੋਈ, ਇਕੱਲੇ ਜਵਾਕਾਂ ਨੂੰ ਪੜ੍ਹਾਉਣ ਲੱਗਿਆ ਵੀ ਜੇ ਜਵਾਕਾਂ ਨੂੰ ਪੜ੍ਹਾ ਕੇ ਤਾਂ ਇਹਨਾਂ ਤੋਂ ਚੋਰਾਂ ਤੋਂ ਖੜਾ ਛਿੜਾ ਲਾਂਗੇ। ਹਾਂਜੀ ਹਾਂਜੀ, ਇਹ ਜੋ ਪੰਜਾਬ ਸਰਕਾਰ ਦਾ ਫੈਸਲਾ ਜੀ ਉਹ ਬਹੁਤ ਗਲਤ ਹੈ ਜੀ, ਇਹਨੂੰ ਬਦਲਣਾ ਚਾਹੀਦਾ, ਕਿਉਂਕਿ ਜੀ ਪਿਛਲੇ ਸਾਲ ਤੋਂ ਲੈ ਕੇ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਿਆ ਬੱਚਿਆਂ ਦਾ ਪੜ੍ਹਾਈ ਦਾ, ਅਤੇ ਇਸ ਦੇ ਮੱਦੇਨਜ਼ਰ ਸਰਕਾਰ ਨੂੰ ਚਾਹੀਦਾ ਕਿ ਸਕੂਲ ਪ੍ਰੋਪਰਲੀ ਓਪਨ ਕੀਤੇ ਜਾਣ, ਅਤੇ ਚਲੋ ਜੋ ਇਹਦੀ ਵੈਕਸੀਨ ਆ ਉਹਦੀ ਸੈਕਿੰਡ ਡੋਜ਼ ਸਭ ਨੂੰ ਦਿੱਤੀ ਜਾਵੇ ਜੀ, ਉਹਦੇ 'ਤੇ ਜ਼ੋਰ ਦਿੱਤਾ ਜਾਵੇ, ਇਸ ਕਰਕੇ ਇਹ ਫੈਸਲੇ ਆ ਜਿਹੜੇ ਇਹ ਬੰਦ ਕਰਨੇ ਚਾਹੀਦੇ, ਲਾਗੂ ਨਹੀਂ ਹੋਣੇ ਚਾਹੀਦੇ। ਮੈਂ ਤਾਂ ਇਹੀ ਕਹਿਣਾ ਜੀ, ਬੱਚਿਆਂ ਦੇ ਸਕੂਲ ਦੇ ਪੇਪਰ ਲਏ ਜਾਣ ਜੀ, ਬਾਕੀ ਰੈਲੀਆਂ ਤਾਂ ਕਿਸਾਨ ਇੰਨੀਆਂ ਕਰੀ ਜਾਂਦੇ ਆ ਬਿਨਾਂ ਰੂਲਾਂ ਤੋਂ, ਵੀ ਉਹਨਾਂ ਦੇ ਹੈ ਨਹੀਂ ਜੀ ਮਾਸਕ ਵਗੈਰਾ, ਉਹਨਾਂ ਦਾ ਤਾਂ ਹੱਲ ਕਰਦੇ ਨਹੀਂ ਜੀ, ਇਹ ਬੱਚਿਆਂ ਨੂੰ ਸਕੂਲੋਂ ਬੰਦ ਕਰ ਦਿੰਦੇ ਆ ਜੀ। ਬੱਚਿਆਂ ਦਾ ਪਹਿਲੀ ਨੁਕਸਾਨ ਬਹੁਤ ਹੋਇਆ ਜੀ, ਔਨਲਾਈਨ ਬੱਚੇ ਪੜ੍ਹੇ ਨਹੀਂ ਗਏ ਜੀ, ਅਤੇ ਹੁਣ ਪੇਪਰ ਨਹੀਂ ਲੈ ਰਹੇ ਜੀ, ਦੋ ਜਿਹੜੇ ਰਹਿੰਦੇ ਆ ਉਹ ਪੇਪਰ ਲੈਣੇ ਚਾਹੀਦੇ ਆ ਜੀ, ਅਤੇ ਬਾਕੀ ਸਕੂਲ ਚੱਲਣੇ ਚਾਹੀਦੇ ਆ ਜੀ, ਸਕੂਲ ਤਾਂ ਰੂਲ ਮੁਤਾਬਕ ਚੱਲਦੇ ਆ ਜੀ, ਉੱਥੇ ਰੈਲੀਆਂ ਕਿਹੜਾ ਰੂਲ ਮੁਤਾਬਕ ਹੁੰਦੀਆਂ ਜੀ, ਸਕੂਲ ਖੁੱਲ੍ਹਣੇ ਚਾਹੀਦੇ ਆ ਜੀ। ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਦੋ ਪੇਪਰ ਰਹਿੰਦੇ ਆ, ਪੇਜ ਕਿਹੜਾ ਆਫਤਾ ਹੀ ਸੀ, ਦੋ ਪੇਪਰ ਜਿਹੜੇ ਰਹਿੰਦੇ ਉਹ ਲੈ ਕੇ ਜੋ ਮਰਜ਼ੀ ਕਰਦੇ ਬਾਅਦ 'ਚ, ਸਮਝ ਨਹੀਂ ਆਉਂਦੀ ਸਰਕਾਰ ਦੀ ਕੀ ਪੋਲਿਸੀ ਹੈ, ਵੀ ਪਿਛਲਾ ਸਾਲ ਸਾਰਾ ਇਸ ਤਰ੍ਹਾਂ ਗਿਆ, ਕੀ ਪੜ੍ਹਨਗੇ ਬੱਚੇ, ਕੀ ਭਵਿੱਖ ਬਣੇਗਾ। ਪਿਛਲੇ ਸਾਲ ਕਹੇ ਵੀ 10 ਸਾਲ ਬੱਚੇ ਨੂੰ ਫੇਲ, 10ਵੀਂ ਤੱਕ ਬੱਚੇ ਨੂੰ ਫੇਲ ਹੀ ਨਹੀਂ ਕਰਨਾ, ਸਭ ਤੋਂ ਬਾਹਰ ਹੋਇਆ ਪਿਆ ਕੰਮ, ਸਮਝ ਤੋਂ ਵੀ ਇਹ ਕੀ ਸਰਕਾਰਾਂ ਕੀ ਸੋਚਦੀਆਂ ਨੇ, ਕੀ ਚਾਹੁੰਦੀਆਂ ਨੇ। ਜੇ ਕੋਈ ਆਪਣਾ ਬੱਚਾ ਸਕੂਲ ਜ਼ਰੂਰ ਖੁੱਲ੍ਹਣੇ ਚਾਹੀਦੇ ਜੋ ਪ੍ਰੋਪਰ ਇਹਦਾ ਮੇਨਟੇਨ ਕਰਨ ਨੂੰ, ਜਿਵੇਂ ਕੋਈ ਇਹਦਾ ਜੇ ਇਹਨੂੰ ਕਰੋਨਾ ਕਹਿੰਦੇ ਬਹੁਤ ਫੈਲ ਗਿਆ, ਉਸ ਤਰ੍ਹਾਂ ਬਿੱਥ ਰੱਖਣ, ਹੋਰ ਮਾਸਕ ਪਹਿਨਣ, ਪਰ ਬੱਚਿਆਂ ਨੂੰ ਸਕੂਲ ਜ਼ਰੂਰ ਖੁੱਲ੍ਹਣੇ ਚਾਹੀਦੇ ਆ। ਸਾਡਾ ਹੀ ਕਹਿਣਾ ਚਾਹੁੰਦੇ ਹਾਂ ਜੀ, ਮੋਦੀ ਐਡੀਆਂ ਰੈਲੀਆਂ ਕਰੀ ਜਾਂਦਾ ਜੀ, ਕਰੋਨਾ ਨਾਂ ਦੀ ਕੋਈ ਬਿਮਾਰੀ ਹੈ ਹੀ ਨਹੀਂ ਜੀ, ਇੱਕ ਸਿਰਫ ਪੋਲੀਟਿਕਸ ਹੈ,
ਇਹ ਪੋਲੀਟਿਕਸ ਬਿਮਾਰੀ ਹੈ ਜੀ, ਕੋਈ ਉਹ ਨਹੀਂ। ਰੈਲੀਆਂ ਤਾਂ ਐਡੇ ਕਰੀ ਜਾਂਦੇ ਜਿੱਥੇ ਕੋਈ ਉਹ ਨਹੀਂ, ਅਤੇ ਬੱਚਿਆਂ ਵਾਸਤੇ ਪੜ੍ਹਾਈ ਵਾਸਤੇ ਦੇਖ ਲਓ ਕਿੰਨਾ ਨੁਕਸਾਨ ਹੋ ਰਿਹਾ। ਪਹਿਲੇ ਕਿੰਨਾ ਨੁਕਸਾਨ ਹੈ, ਹੁਣ ਟੀਚਰਾਂ ਨੇ ਮਸਾਂ ਇਹਨਾਂ ਨੂੰ ਲੈਣ 'ਤੇ ਲਿਆਂਦਾ ਸੀ, ਮਸਾਂ ਲੈਣ 'ਤੇ ਲਿਆ ਕੇ ਬੱਚਿਆਂ ਨੂੰ ਸਰਕਲ ਚਲਾਇਆ ਸੀ, ਜੋ ਹੁਣ ਬਹੁਤ ਵੱਡਾ ਫਿਰ ਨੁਕਸਾਨ ਹੋ ਰਿਹਾ ਬੱਚਾ। ਇਹ ਜਿਹੜੀਆਂ ਸਾਡੀਆਂ ਸਰਕਾਰਾਂ ਜੀ, ਸਾਡੇ ਬੱਚਿਆਂ ਦਾ ਜਿਹੜਾ ਭਵਿੱਖ ਆ ਉਹ ਖਰਾਬ ਕਰਨਾ ਚਾਹੁੰਦੀਆਂ। ਸਾਡੀ ਐਜੂਕੇਸ਼ਨ ਨੂੰ ਖਤਰਾ ਬਹੁਤ ਜ਼ਿਆਦਾ ਆ। ਜਿੰਨੇ ਵੀ ਸਰਕਾਰੀ ਅਦਾਰੇ ਆ ਜਿੱਥੇ ਸਰਕਾਰਾਂ ਨੂੰ ਕਮਾਈ ਹੁੰਦੀ ਆ ਉਹ ਸਾਰੇ ਖੁੱਲ੍ਹੇ ਆ, ਪਰ ਜਿਹੜਾ ਬੱਚਿਆਂ ਦੇ ਸਕੂਲ ਹੈ ਕਿਉਂ ਬੰਦ ਕੀਤੇ ਜਾਂਦੇ ਆ? ਸਾਰੀ ਸਰਕਾਰਾਂ ਦੀ ਚਾਲ ਆ ਜੀ। ਅਸੀਂ ਸਰਕਾਰਾਂ ਤੋਂ ਇਹੀ ਮੰਗ ਕਰਦੇ ਹਾਂ ਵੀ ਛੇਤੀ ਛੇਤੀ ਜਿਹੜੇ ਸਕੂਲ ਹੈ ਬੱਚਿਆਂ ਦੇ ਵੱਲ ਧਿਆਨ ਦਿੱਤਾ ਜਾਵੇ, ਸਕੂਲ ਖੁੱਲ੍ਹੇ ਜਾਣ ਜੀ। ਸਰ ਇਹ ਬਿਲਕੁਲ ਗਲਤ ਹੈ, ਕਿਉਂਕਿ ਘਰ ਰਹਿ ਕੇ ਬੱਚਿਆਂ ਦੇ ਵਿੱਚ ਉਹ ਡਿਸਿਪਲਿਨ ਹੀ ਨਹੀਂ ਹੈ ਜੋ ਬੱਚਿਆਂ ਨੇ ਸਕੂਲ ਦੇ ਵਿੱਚ ਸਿੱਖਣਾ ਹੈਗਾ, ਤਾਂ ਬੱਚਿਆਂ ਦਾ ਐਜੂਕੇਸ਼ਨ ਦਾ ਲੈਵਲ ਬਿਲਕੁਲ ਲੋਅ ਹੋ ਰਿਹਾ ਇਹਦੇ ਨਾਲ। ਬੱਚੇ ਘਰ ਬੈਠੇ ਨੇ, ਲਾਪਰਵਾਹ ਹੋ ਗਏ ਨੇ, ਸਕੂਲ ਜਾਣਗੇ ਕੁਛ ਸਿੱਖਣਗੇ ਤਾਂ ਉਹਨਾਂ ਨੂੰ ਪਤਾ ਚੱਲੇਗਾ। ਅਸੀਂ ਇਸ ਦਾ ਬਿਲਕੁਲ ਵਿਰੋਧ ਕਰਦੇ ਹਾਂ, ਸਕੂਲ ਬਿਲਕੁਲ ਖੁੱਲ੍ਹਣੇ ਚਾਹੀਦੇ ਨੇ। ਸਰ ਜਿਵੇਂ ਸਰਕਾਰੀ ਦਫ਼ਤਰ ਦੇਖ ਲਓ ਜਾਂ ਠੇਕੇ ਦੇਖ ਲਓ ਜਾਂ ਮਾਲ ਦੇਖ ਲਓ, ਕੁਛ ਵੀ ਬੰਦ ਨਹੀਂ ਹੈਗਾ, ਕਿਉਂਕਿ ਉੱਥੇ ਸਰਕਾਰ ਨੂੰ ਇਨਕਮ ਹੋ ਰਹੀ ਹੈ। ਸਿਰਫ ਇਕੱਲੇ ਸਕੂਲ ਹੀ ਕਿਉਂ ਬੰਦ ਕੀਤੇ ਹੈ? ਹੁਣ ਕੇਜਰੀਵਾਲ ਦੀ ਰੈਲੀ ਹੋਈ ਹੈ ਜਿੱਥੇ ਹਜ਼ਾਰਾਂ ਦਾ ਕੱਟ ਸੀਗਾ, ਉੱਥੇ ਕਰੋਨਾ ਨਹੀਂ ਹੈਗਾ ਸੀਗਾ? ਕਿਸਾਨ ਅੰਦੋਲਨ ਕਰ ਰਿਹਾ ਕਿ ਉੱਥੇ ਲੱਖਾਂ ਦੇ ਲੋਕ ਬੈਠੇ ਹੈਗੇ, ਉੱਥੇ ਹੈ ਨਹੀਂ ਗਾ ਕਰੋਨਾ, ਸਕੂਲਾਂ ਦੇ ਵਿੱਚ ਹੀ ਕਿਉਂ? ਪੇਰੈਂਟਸ ਨੂੰ ਇਹਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਜੀ, ਬੱਚਿਆਂ ਦਾ ਭਵਿੱਖ ਬਹੁਤ ਖਤਰੇ ਦੇ ਵਿੱਚ ਹੈ। ਅਸੀਂ ਇਹੀ ਸਾਡੀ ਉਹ ਹੋਏਗੀ ਸਰਕਾਰ ਅੱਗੇ ਗੁਜ਼ਾਰਿਸ਼ ਵੀ ਸਕੂਲਾਂ ਨੂੰ ਖੋਲ੍ਹਿਆ ਜਾਵੇ। ਸਰ ਦੇਖੋ, ਜਦੋਂ ਬੱਚੇ ਸਕੂਲ ਆਉਂਦੇ ਆ ਉਹ ਸਿਰਫ ਬੁਕਿਸ਼ ਨੌਲੇਜ ਨਹੀਂ ਹਾਸਿਲ ਕਰਦੇ, ਹੈ ਨਾ, ਬੱਚੇ ਨੂੰ ਸਕੂਲ ਦੇ ਵਿੱਚ ਸੋਸ਼ਲ ਜਿਹੜੇ ਉਹਦੇ ਇਮੋਸ਼ਨਸ ਹੈ ਉਹਨਾਂ ਨੂੰ ਕੰਟਰੋਲ ਕਿਵੇਂ ਕਰਨਾ, ਕੋਈ ਸਿਚੁਏਸ਼ਨ ਦੇ ਵਿੱਚ ਬੱਚਾ ਹੈ ਉਹ ਚੀਜ਼ਾਂ ਵੀ ਸਿੱਖਦਾ ਬੱਚਾ ਸਕੂਲ ਆ ਕੇ। ਤਾਂ ਸਕੂਲ ਜਿਹੜੇ ਆ ਉਹ ਓਪਨ ਹੋਣੇ ਚਾਹੀਦੇ ਆ। ਕਰੋਨਾ ਐਜ਼ ਵੀ ਆਲ ਨੋ ਕਿ ਹੈ ਨਾ ਪੂਰਾ ਈਅਰ, ਲਾਸਟ ਈਅਰ ਲੰਘ ਚੁੱਕਿਆ, ਆਪਾਂ ਦੇਖਿਆ ਵੀ ਸਕੂਲਾਂ ਦੇ ਪੂਰੇ ਸਕੂਲ ਜਿਹੜੇ ਬੰਦ ਰਹੇ ਹੈ, ਅਤੇ ਕਰੋਨਾ ਜਿਹੜਾ ਹੈਗਾ ਉਹ ਬਾਹਰ ਨਹੀਂ ਹੋ ਰਿਹਾ ਜਿਵੇਂ ਸਾਰਿਆਂ ਨੇ ਕਿਹਾ, ਹੈ ਨਾ, ਕਿ ਸਿਰਫ ਸਕੂਲਾਂ ਦੇ ਵਿੱਚ ਹੀ ਕਿਉਂ ਕਰੋਨਾ ਹੋ ਰਿਹਾ? ਤਾਂ ਸਕੂਲ ਦੇ ਵਿੱਚ ਤਾਂ ਈਵਨ ਕਿ ਆਪਾਂ ਸਾਰੇ ਰੂਲਸ ਫੋਲੋ ਕਰਦੇ ਹਾਂ, ਬੱਚੇ ਮਾਸਕ ਲਗਾਉਂਦੇ ਆ, ਸੈਨੀਟਾਈਜ਼ ਕਰਦੇ ਆ ਬਾਰ ਬਾਰ ਆਪਣੇ ਹੈਂਡਸ ਨੂੰ, ਤਾਂ ਸਕੂਲਸ ਹੈ ਜਿਹੜੇ ਉਹ ਓਪਨ ਹੋਣੇ ਚਾਹੀਦੇ ਆ। ਜਿਵੇਂ ਕਿ ਕਿਹਾ ਜਾਂਦਾ ਕਿ ਜੋ ਆਪਣੇ ਬੱਚੇ ਆ ਉਹੀ ਆਪਣੇ ਦੇਸ਼ ਦਾ ਭਵਿੱਖ ਹੈ, ਅਤੇ ਆਪਾਂ ਬੱਚਿਆਂ ਨੂੰ ਅੱਜ ਘਰ ਬਿਠਾ ਕੇ ਉਹਨਾਂ ਦੀ ਸਾਰੀ ਐਜੂਕੇਸ਼ਨ ਖਤਮ ਕਰ ਰਹੇ ਹਾਂ, ਬੱਚਿਆਂ ਦਾ ਐਜੂਕੇਸ਼ਨ ਲੈਵਲ ਬਿਲਕੁਲ ਗਿਰਦਾ ਹੀ ਜਾ ਰਿਹਾ, ਅਤੇ ਉਹ ਦੇਸ਼ ਦਾ ਭਵਿੱਖ ਕਿਵੇਂ ਹੋ ਸਕਦੇ ਹੈ? ਜਿਹੜੀ ਪੇਰੈਂਟਸ ਦਾ ਡ੍ਰੀਮ ਹੁੰਦਾ ਕਿ ਸਾਡਾ ਬੱਚਾ ਵਧੀਆ ਪੜ੍ਹੇ, ਵਧੀਆ ਸਕੂਲ 'ਚ ਜਾਵੇ, ਵਧੀਆ ਐਜੂਕੇਸ਼ਨ ਲਵੇ, ਸਰਕਾਰ ਨੇ ਤਾਂ ਉਹ 'ਤੇ ਵੀ ਰੋਕ ਲਗਾ ਤੀ, ਬੱਚਿਆਂ ਨੂੰ ਘਰ ਬਿਠਾ ਤਾ, ਕਿਸਾਨਾਂ ਤੋਂ ਜ਼ਮੀਨਾਂ ਖੋ ਰਹੇ ਹੈ, ਬੱਚਿਆਂ ਦੀ ਐਜੂਕੇਸ਼ਨ ਸਰਕਾਰ ਨੇ ਖੋਲ੍ਹੀ, ਰਹਿ ਕੇ ਗਿਆ, ਆਪਣੇ ਕੋਲ ਤਾਂ ਕੁਛ ਵੀ ਨਹੀਂ ਬਚਿਆ। ਮੈਂ ਇਹੀ ਕਹੂੰਗੀ ਕਿ ਸਕੂਲ ਓਪਨ ਹੋਣੇ ਚਾਹੀਦੇ ਆ ਔਰ ਬੱਚਿਆਂ ਦੀ ਸਟੱਡੀ ਪ੍ਰੋਪਰ ਜਾਰੀ ਹੋਣੀ ਚਾਹੀਦੀ ਹੈ। ਬੱਚਿਆਂ ਦਾ ਫਿਊਚਰ, ਦੇਸ਼ ਦਾ ਫਿਊਚਰ ਖਤਰੇ ਵਿੱਚ ਹੈ ਔਰ ਸਰਕਾਰ ਨੂੰ ਇਸ ਬਾਰੇ ਸੋਚਣਾ ਚਾਹੀਦਾ। ਥੈਂਕ ਯੂ। ਹਾਂਜੀ, ਮੈਂ ਵੀ ਬਾਕੀ ਮਾਪਿਆਂ ਦੇ ਨਾਲ ਸਹਿਮਤ ਹੈ ਕਿ ਸਕੂਲਸ ਓਪਨ ਹੋਣੇ ਚਾਹੀਦੇ ਆ, ਕਿਉਂਕਿ ਬਾਹਰ ਸਾਰੀਆਂ ਚੀਜ਼ਾਂ, ਸ਼ੋਪਿੰਗ ਮਾਲਸ, ਰੈਸਟੋਰੈਂਟ ਓਪਨ ਹੈ, ਕਿਤੇ ਵੀ ਕੋਈ ਵੀ ਫੋਲੋਸ ਇੰਸਟਰਕਸ਼ਨਸ ਨਹੀਂ ਫੋਲੋ ਕੀਤੀਆਂ ਜਾ ਰਹੀਆਂ ਗੀਆਂ। ਸਕੂਲਸ ਦੇ ਵਿੱਚ ਤਾਂ ਸਾਰੀਆਂ ਇੰਸਟਰਕਸ਼ਨਸ ਫੋਲੋ ਕੀਤੀਆਂ ਜਾ ਰਹੀਆਂ, ਬੱਚੇ ਮਾਸਕ ਵੀ ਲਗਾਉਂਦੇ ਆ, ਬੱਚਿਆਂ ਦੀ ਸਟੱਡੀ ਦਾ ਬਹੁਤ ਜ਼ਿਆਦਾ ਲੋਸ ਹੋ ਰਿਹਾ ਗਾ, ਕਿਉਂਕਿ ਦੋ ਇਗਜ਼ਾਮ ਰਹਿ ਗਏ ਆ ਬੱਚਿਆਂ ਦੇ, ਉਹ ਵੀ ਵਿੱਚ ਹੀ ਰਹਿ ਚੁੱਕੇ ਆ, ਅਤੇ ਬਾਹਰ ਕੋਈ ਵੀ ਇੰਸਟਰਕਸ਼ਨਸ ਨਹੀਂ ਫੋਲੋ ਹੋ ਰਹੀਆਂ ਗੀਆਂ। ਪ੍ਰਾਈਵੇਟ ਬੱਸਿਸ ਚੱਲ ਰਹੀਆਂ ਗੀਆਂ, ਟ੍ਰੇਨਸ ਚੱਲ ਰਹੀਆਂ ਗੀਆਂ, ਪਰ ਸਕੂਲਸ ਹੀ ਕਿਉਂ ਬੰਦ ਕੀਤੇ ਜਾ ਰਹੇ ਆ? ਸਾਡੀ ਇਹੀ ਅਪੀਲ ਹੈ ਕਿ ਸਕੂਲ ਜਲਦੀ ਤੋਂ ਜਲਦੀ ਓਪਨ ਕੀਤੇ ਜਾਣੇ ਚਾਹੀਦੇ ਆ। ਅਸੀਂ ਕਹਿਣਾ ਚਾਹੁੰਦੇ ਹਾਂ ਸਕੂਲ ਓਪਨ ਹੋਣੇ ਚਾਹੀਦੇ ਆ, ਬੱਚਿਆਂ ਦੇ ਫਿਊਚਰ ਦੀ ਗੱਲ ਆ, ਕਿਉਂਕਿ ਬੱਚੇ ਜਿਹੜੇ ਛੋਟੇ ਨੇ ਉਹ ਤਾਂ ਇੱਕ ਮਿੰਟ ਲਈ ਲਿਖ ਵੀ ਨਹੀਂ ਸਕਦੇ, ਉਹ ਸਾਨੂੰ ਕੰਮ ਕਰਾਉਣਾ ਘਰੇ ਬੱਚਿਆਂ ਨੂੰ ਬਹੁਤ ਔਖਾ ਹੁੰਦਾ, ਕਿਉਂਕਿ ਜਦੋਂ ਬੱਚਾ ਲਿਖ ਹੀ ਨਹੀਂ ਸਕਦਾ ਬੱਚਾ ਪੜ੍ਹੂਗਾ ਕਿੱਥੋਂ? ਸਾਨੂੰ ਕੰਮ ਕਰਾਉਣਾ ਤਿੰਨ ਤਿੰਨ ਬੱਚਿਆਂ ਨੂੰ ਬਹੁਤ ਜ਼ਿਆਦਾ ਔਖਾ ਹੁੰਦਾ, ਬਾਕੀ ਉਹਨਾਂ ਨੂੰ ਸਮਾਰਟ ਫੋਨ ਬੱਚਿਆਂ ਨੂੰ ਦੇਣੇ ਬਹੁਤ ਔਖੇ ਆ, ਅਸੀਂ ਇੰਨਾ ਖਰਚਾ ਨਹੀਂ ਕਰ ਸਕਦੇ। ਸਾਡੇ ਸਕੂਲ ਵਿੱਚ ਅਸੀਂ ਬੱਚਿਆਂ ਦੀ ਫੀਸ ਭਰ ਰਹੇ ਹਾਂ, ਇਹੀ ਬਹੁਤ ਜ਼ਿਆਦਾ ਆ। ਸਾਡੇ ਬੱਚੇ ਦੇ ਵਧੀਆ ਇੱਥੇ ਸਕੂਲ ਦੇ ਵਿੱਚ ਹੀ ਜਾ ਕੇ ਉਹਨਾਂ ਦੀ ਜਿਹੜੀ ਜ਼ਿੰਦਗੀ ਆ ਉਹ ਪੜ੍ਹ ਕੇ ਬਣੂਗੀ। ਹਾਂਜੀ ਬਿਲਕੁਲ, ਬੱਚਿਆਂ ਦਾ ਫਿਊਚਰ ਦਾਤੇ ਲੱਗਿਆ ਹੋਇਆ। ਜਦੋਂ ਕਹਿੰਦੇ ਇੱਕ ਮਾਂ ਜਦੋਂ ਬੱਚੇ ਨੂੰ ਵਧੀਆ ਪਰਵਰਿਸ਼ ਨਹੀਂ ਦਿੰਦੀ ਤਾਂ ਉਹ ਬੱਚਾ ਹੈ ਨਾ ਕਿਵੇਂ ਵੱਡਾ ਹੋ ਗਿਆ ਉਹਦੇ ਪੇਰੈਂਟਸ ਦੀ ਉਹ ਕਰੂਗਾ, ਸੰਭਾਲੂਗਾ। ਉਸੇ ਤਰ੍ਹਾਂ ਬੱਚਾ ਸਕੂਲ 'ਚ ਆਉਂਦਾ, ਸਕੂਲ 'ਚ ਕੁਛ ਸਿੱਖਦਾ ਤਾਂ ਉਹ ਨਾਗਰਿਕ ਕਿਵੇਂ ਬਣੂਗਾ? ਵਧੀਆ ਨਾਗਰਿਕ ਨਹੀਂ ਬਣਦਾ, ਫਿਰ ਆਪਦੀਆਂ ਨੌਕਰੀਆਂ ਕਿਵੇਂ ਲਊਗਾ ਜਦੋਂ ਬੱਚੇ ਦੀ ਸਟੱਡੀ ਨਹੀਂ ਵਧੀਆ, ਬੱਚੇ ਦਾ ਬੇਸ ਹੀ ਨਹੀਂ ਵਧੀਆ ਬਣ ਰਿਹਾ ਹੈਗਾ? ਮੇਰਾ ਬੱਚਾ ਹਜੇ LKG 'ਚ ਇੱਕ ਸਾਲ ਸਕੂਲ 'ਚ ਆਇਆ, ਫਿਰ ਉਹ UKG 'ਚ ਹੋਇਆ, UKG ਉਹਨੇ ਔਨਲਾਈਨ ਕਲਾਸਿਸ ਲਈਆਂ, ਬਟ ਉਹਨੂੰ ਕਰਵਾਇਆ, ਮੈਡਮ ਨੇ ਬਹੁਤ ਕੋਸ਼ਿਸ਼ ਕੀਤੀ ਕੰਮ ਕਰਵਾਉਣ ਦੀ, ਪਰ ਬੱਚਾ ਜੋ ਚੀਜ਼ਾਂ ਟੀਚਰਸ ਤੋਂ ਸਿੱਖਦਾ ਉਹ ਪੇਰੈਂਟਸ ਤੋਂ ਨਹੀਂ ਸਿੱਖਦਾ। ਕਲਰਸ ਨੇਮ, ਡੋਮੈਸਟਿਕ ਐਨੀਮਲਸ ਨੇਮ, ਅਸੀਂ ਕਰਦੇ ਹਾਂ ਕੋਸ਼ਿਸ਼, ਬਹੁਤ ਕਰਦੇ ਹਾਂ ਵੀ ਬੱਚਾ ਸਾਡਾ ਸਿੱਖੇ, ਪਰ ਬੱਚਾ ਨਹੀਂ ਸਿੱਖਦਾ ਹੈਗਾ, ਕੁਛ ਨਹੀਂ ਕਰਦਾ। ਘੰਟਾ ਕਲਾਸ ਲੱਗਦੀ ਆ ਔਨਲਾਈਨ, ਔਨਲਾਈਨ ਦੇ ਵਿੱਚ ਉਹ ਕਲਾਸ ਲਾ ਕੇ ਬਸ ਉੱਥੇ ਚਲਾ ਜਾਂਦਾ ਵੀ ਮੈਂ ਅੱਗੇ ਨਹੀਂ ਕਰਨਾ, ਮੈਂ ਕਲਾਸ ਲਗਾ ਲਈ। ਉਹਨੇ ਘੰਟੇ ਦੇ ਵਿੱਚ ਬੱਚਾ ਸਿੱਖੂਗਾ ਜਾਂ ਔਨਲਾਈਨ ਕਲਾਸ ਲਗਾਊਗਾ? ਅਸੀਂ
ਸਾਨੂੰ ਇਹ ਸੀ ਕਿ ਅਸੀਂ ਔਨਲਾਈਨ ਸਟੱਡੀਜ਼ ਦੇ ਕੇ ਉਹਨੂੰ ਪੂਰਾ ਕਰ ਲਾਂਗੇ, ਪਰ ਅਸੀਂ ਚਾਹੇ 100% ਕੋਸ਼ਿਸ਼ ਕੀਤੀ ਆ, ਪਰ ਉਹ ਸਾਨੂੰ ਵੀ ਪਤਾ ਕਿ ਔਨਲਾਈਨ ਸਟੱਡੀਜ਼ ਦੇ ਨਾਲ ਅਸੀਂ ਉਹ 100% ਬੱਚਿਆਂ ਤੱਕ ਨਹੀਂ ਪਹੁੰਚਾ ਸਕਦੇ, ਅਤੇ ਉਹਦੇ ਕਰਕੇ ਸਾਡੀ ਸਰਕਾਰ ਕੋਲੋਂ ਇਹੀ ਮੰਗ ਹੈ ਕਿ ਸਾਨੂੰ 1 ਤਰੀਕ ਤੋਂ ਸਕੂਲ ਖੋਲ੍ਹ ਦਿੱਤੇ ਜਾਣ। ਪੇਰੈਂਟਸ ਬਹੁਤ ਤੰਗ ਆ, ਦੇਖੋ ਜਿਹੜੇ ਬੱਚੇ ਆ ਉਹ ਸਕੂਲ ਦੇ ਵਿੱਚ ਆ ਕੇ ਹੀ ਡਿਸਿਪਲਿਨ, ਪਹਿਲੀ ਗੱਲ ਜਿਹੜੀ ਹੈ ਡਿਸਿਪਲਿਨ ਸਿੱਖਦੇ ਆ, ਇਨਸਾਨ ਬਣਨਾ ਸਿੱਖਦੇ ਆ, ਕਿਉਂਕਿ ਘਰਾਂ ਦੇ ਵਿੱਚ ਹੁਣ ਜੇ ਮੈਂ ਦੇਖੋ ਮੈਂ ਕਿਸੇ ਬੱਚੇ ਨੂੰ ਆਪਾਂ ਮਤਲਬ ਘਰਾਂ 'ਚ ਉਵੇਂ ਹੀ ਬੋਲਦੇ ਹਾਂ ਕਿ ਤੂੰ ਕਿੱਧਰ ਚੱਲਿਆ ਹੋਏ ਇੱਧਰ ਕੋਈ ਲਾਈਨ 'ਚ ਚੱਲਣਾ, ਉੱਥੇ ਆਪਾਂ ਇਹੋ ਜਿਹੀਆਂ ਗੱਲਾਂ ਆਮ ਨਹੀਂ ਸਿਖਾਉਂਦੇ ਗੇ। ਉਹਨੇ ਸਭ ਕੁਛ ਜਿਹੜਾ ਜਿਹੜਾ ਇੱਕ ਚੰਗਾ ਨਾਗਰਿਕ, ਕਿਉਂਕਿ ਆਪਾਂ ਨੂੰ ਇਹ ਤਾਂ ਆਪਣੇ ਅਧਿਕਾਰ ਵੀ ਤਾਂ ਹੀ ਪਤਾ ਹੋਣਗੇ ਜੇ ਮੈਨੂੰ ਆਪਣੀਆਂ ਡਿਊਟੀਜ਼ ਪਤਾ ਹੋਣਗੀਆਂ, ਰਾਈਟ। ਉਹ ਡਿਊਟੀਜ਼ ਅਤੇ ਅਧਿਕਾਰ ਦੋਨੋਂ ਇਕੱਠੇ ਚੱਲਦੇ ਆ, ਅਤੇ ਉਹ ਸਕੂਲਾਂ ਦੇ ਵਿੱਚ ਆ ਕੇ ਪਤਾ ਲੱਗਦੇ ਆ, ਕਿਉਂਕਿ ਅਸੀਂ ਜਿਹੜੇ ਉਹਨਾਂ ਨੂੰ ਉਹਨਾਂ ਦੀਆਂ ਡਿਊਟੀਜ਼ ਵੀ ਨਾਲ ਸਿਖਾਉਂਦੇ ਹਾਂ। ਅਧਿਕਾਰ ਤਾਂ ਚਲੋ ਮੈਨੂੰ ਪਤਾ ਘਰੋਂ ਕਿ ਵੀ ਆਹ ਮੇਰੀ ਚੀਜ਼ ਆ ਅਤੇ ਮੈਂ ਐਵੇਂ ਲੈਣੀ ਆ, ਬਟ ਉਹਦੀਆਂ ਡਿਊਟੀਜ਼ ਕੀ ਆ ਉਹ ਨਹੀਂ ਪਤਾ ਲੱਗਦੀਆਂ। ਉਹ ਇੱਕ ਸਕੂਲ ਹੈ ਜਿਹੜਾ ਉਹਨਾਂ ਦੀ ਇੱਕ ਨੀਂਹ ਬਣਾਉਂਦਾ, ਅਤੇ ਉਹੀ ਨੀਹਾਂ ਜਿਹੜੀਆਂ ਇਹ ਸਰਕਾਰ ਕਮਜ਼ੋਰ ਕਰਨ 'ਤੇ ਲੱਗੀ ਹੋਈ ਆ। ਤਾਂ ਮੇਰੀ ਇੱਕ ਪੁਰਜ਼ੋਰ ਅਪੀਲ ਆ ਸਰਕਾਰ ਨੂੰ ਕਿ ਸਕੂਲ ਜਿਹੜੇ ਖੋਲ੍ਹੇ ਜਾਣ, ਕਿਉਂਕਿ ਪੇਰੈਂਟਸ ਜਿਹੜੇ ਨੇ ਉਹ ਤੁਹਾਡੇ ਸਾਹਮਣੇ ਖੜ੍ਹੇ ਹੋਣੇ ਬੋਲ ਵੀ ਚੁੱਕੇ ਆ ਕਿ ਅਸੀਂ ਬਹੁਤ ਤੰਗ ਹੋ ਚੁੱਕੇ ਹਾਂ, ਇੰਨੀ ਦੇਰ ਹੋ ਗਈ, ਹੁਣ ਅਜੇ 2 ਇਗਜ਼ਾਮਸ ਰਹਿੰਦੇ ਸੀਗੇ ਇਹਨਾਂ ਦੇ, ਆ ਬੋਲੇ ਹੀ ਆ ਹੁਣ ਤੁਹਾਡੇ ਸਾਹਮਣੇ ਕਿ ਐਟਲੀਸਟ ਉਹ 2 ਇਗਜ਼ਾਮਸ ਲੈ ਲੈਂਦੇ, ਉਦੋਂ ਬਾਅਦ ਕੋਈ ਫੈਸਲਾ ਲੈਂਦੇ, ਉਹ ਵੀ ਨਹੀਂ ਆਪਣੀ ਮਰਜ਼ੀ ਨਾਲ ਜੋ ਵੀ ਫੈਸਲਾ ਲੈਣਾ ਹੁੰਦਾ, ਇੱਕ ਡਿਕਟੇਟਰਸ਼ਿਪ ਜਿਹੜੀ ਉਹ ਚੱਲ ਰਹੀ ਹੈ, ਡਿਕਟੇਟਰ ਦੀ ਤਰ੍ਹਾਂ ਜਿਹੜਾ ਰੂਲ ਆ ਉਹ ਪਾ ਦਿੰਦੇ ਆ। ਸੋ ਅਸੀਂ ਇਹਦੇ ਬਹੁਤ ਜ਼ਿਆਦਾ ਖਿਲਾਫ਼ ਹਾਂ, ਅਤੇ ਅਪੀਲ ਕਰਦੀ ਹਾਂ ਕਿ 1 ਤਰੀਕ ਤੋਂ ਸਕੂਲ ਜਿਹੜੇ ਉਹ ਖੋਲ੍ਹੇ ਜਾਣ। ਸਕੂਲ ਆ ਗਏ ਉਹ ਨਾ ਖੁੱਲ੍ਹੇ ਤਾਂ ਅਖੀਰ ਸਾਨੂੰ ਜਿਹੜਾ ਹੈਗਾ ਸੜਕਾਂ 'ਤੇ ਆਉਣਾ ਪਊਗਾ, ਸੜਕਾਂ 'ਤੇ ਆਉਣ ਲਈ ਮਜਬੂਰ ਹੋਣਾ ਪਊਗਾ। ਇਸ ਕਰਕੇ ਜਿਹੜੀ ਮੰਗ ਕਰ ਰਿਹਾ ਇਹ ਵੀ 31 ਮਾਰਚ ਤੋਂ ਬਾਅਦ 1 ਅਪ੍ਰੈਲ ਤੋਂ ਜਿਹੜੇ ਸਕੂਲ ਆ ਪਹਿਲਾਂ ਹੀ ਤਰ੍ਹਾਂ ਰੀਓਪਨ ਕੀਤੇ ਜਾਣ। ਸੋਸ਼ਲ ਡਿਸਟੈਂਸ ਦਾ ਕਹਿੰਦੇ ਪਹਿਲਾਂ ਵੀ ਬੜੇ ਵਧੀਆ ਤਰੀਕੇ ਦੇ ਨਾਲ ਜਿਹੜਾ ਹੈਗਾ ਗਾ ਧਿਆਨ ਰੱਖਿਆ ਜਾਂਦਾ ਸੀਗਾ, ਹਰ ਇੱਕ ਗਾਈਡਲਾਈਨ ਦੀ ਜਿਹੜੀ ਪਾਲਣਾ ਉਹ ਕਰਨ ਨੂੰ ਪੇਰੈਂਟਸ ਵੀ ਤਿਆਰ ਆ, ਬੱਚੇ ਵੀ ਤਿਆਰ ਆ, ਸਕੂਲ ਪ੍ਰਬੰਧਕ ਵੀ ਤਿਆਰ ਆ, ਪਰ ਜਿਹੜਾ ਪੜ੍ਹਾਈ ਦਾ ਉਹ ਬਹੁਤ ਵੱਡਾ ਜਿਹੜਾ ਹੈਗਾ ਲੋਸ ਆ, ਜਿਹੜਾ ਉਹ ਸਕੂਲ ਬੰਦ ਹੋਣ ਦੇ ਕਾਰਨ ਬੱਚਿਆਂ ਨੂੰ ਵੀ ਹੋ ਰਿਹਾ, ਜਿਹਦਾ ਖਮਿਆਜ਼ਾ ਕਿਤੇ ਨਾ ਕਿਤੇ ਪੇਰੈਂਟਸ ਵੀ ਭੁਗਤ ਰਹੇ ਆ। ਇਹਨਾਂ ਦੀ ਮੰਗ ਆ ਵੀ ਜਿਹੜੇ ਸਕੂਲ ਆ ਗਏ ਉਹਨਾਂ ਨੂੰ ਦੁਬਾਰੇ ਰੀਓਪਨ 1 ਅਪ੍ਰੈਲ ਤੋਂ ਕੀਤਾ ਜਾਵੇ। ਬਠਿੰਡਾ ਤੋਂ ਜਸਵੀਰ ਔਲਖ ਦੀ ਰਿਪੋਰਟ, NC7 ਨਿਊਜ਼।